टीवी का स्पैशल प्रोग्राम लुकमा सच देख रहे हो तुसी। मैं हाँ सुखविंदर सिंह सिद्धू। प्रोग्राम दे विच लैके हाजर हाँ पंजाब की सियासत दे नाल जुड़िया कुछ वड्डिया खबरां दा लुकमा सच। गलबात करांगे कि कांग्रेस हाई कमान दे वल्लों पंजाब कांग्रेस दे आपसी काटो कलेश नूं खत्म करन दे लई 3 मैंबरी कमेटी बनाई गई सी, जिसने अपनी जांच रिपोर्ट जिहड़ी है अज तो 4-5 दिन पहला सोनिया गांधी नूं जिहड़ी सौंप दित्ती सी। ते हुण पंजाब दी जिहड़ी लीडरशिप है ਉਹ ਇਸ ਗੱਲ ਤੇ ਟੀਕ ਲਾਈ ਬੈਠੀ ਆ ਕਿ ਚਾਹੇ ਉਹ ਸੁਖਜਿੰਦਰ ਸਿੰਘ ਰੰਧਾਵਾ ਧੜਾ ਹੋਵੇ ਚੰਨੀ ਹੋਣ, ਚਾਹੇ ਪ੍ਰਤਾਪ ਸਿੰਘ ਬਾਜਵਾ ਹੋਣ ਕੈਪਟਨ ਧੜਾ ਹੋਵੇ, ਚਾਹੇ ਹੋਵੇ ਪ੍ਰਗਟ ਸਿੰਘ ਤੇ ਨਵਜੋਤ ਸਿੰਘ ਸਿੱਧੂ, ਸਾਰੇ ਟੀਕ ਲਾਈ ਬੈਠੇ ਨੇ ਕਿ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਸੋਨੀਆ ਗਾਂਧੀ ਹੋਰ ਆਲਾ ਕਮਾਨ, ਚਾਹੇ ਉਹ ਪ੍ਰਿਯੰਕਾ ਗਾਂਧੀ ਹੋਣ ਚਾਹੇ ਉਹ ਰਾਹੁਲ ਗਾਂਧੀ ਹੋਣ, ਉਹ ਇਸ ਮਾਮਲੇ ਤੇ ਕਿਹੋ ਜਿਹਾ ਫੈਸਲਾ ਲੈਂਦੇ। ਸੁਨੀਲ ਜਾਖੜ ਦਾ ਵੀ ਵੱਡਾ ਬਿਆਨ ਹੈ, ਕੀ ਕਹਿੰਦੇ ਨੇ ਸੁਨੀਲ ਜਾਖੜ? ਕਦੋਂ ਤੱਕ ਇਹ ਰਿਪੋਰਟ ਆ ਜਾਵੇਗੀ ਇਹ ਤੁਹਾਨੂੰ ਦੱਸਾਂਗੇ, ਤਾਂ ਉੱਥੇ ਹੀ ਇਹ ਵੀ ਤੁਹਾਨੂੰ ਦੱਸਾਂਗੇ ਕਿ ਖਬਰਾਂ ਨਿਕਲ ਕੇ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਕੁਝ ਲੀਡਰ ਇਹ ਸੋਚ ਰਹੇ ਨੇ ਜਿਹੜੇ ਕੈਪਟਨ ਤੋਂ ਬਾਗੀ ਨੇ ਕਿ ਜੇਕਰ ਉਹਨਾਂ ਦੇ ਮੁਤਾਬਕ ਜਿਸ ਤਰੀਕੇ ਦੀ ਰਿਪੋਰਟ ਗਈ ਹੈ ਤਾਂ ਕੈਪਟਨ ਦੇ ਖਿਲਾਫ ਦੱਸੀ ਜਾ ਰਹੀ ਹੈ ਰਿਪੋਰਟ, ਜੇ ਉਸ ਤਰੀਕੇ ਦੇ ਨਾਲ ਸਹੀ ਫੈਸਲਾ ਆਉਂਦਾ ਹੈ ਤਾਂ ਠੀਕ ਹੈ, ਨਹੀਂ ਤਾਂ ਸਰਕਾਰ ਸੁੱਟਣ ਤੱਕ ਦੀ ਨੌਬਤ ਜਿਹੜੀ ਸੋਚੀ ਬੈਠੀ ਨੇ ਉਹ ਕਿਹੜੇ ਕਿਹੜੇ ਲੀਡਰ ਅਜਿਹਾ ਸੋਚ ਰਹੇ ਨੇ ਤੇ ਕਿਹੜੇ ਕਿਹੜੇ ਲੀਡਰ ਸਰਕਾਰ ਡੇਗਣ ਦੇ ਬਾਰੇ ਗੱਲਾਂ ਬਾਤਾਂ ਜਾਂ ਚੱਲ ਰਹੀਆਂ ਉਹ ਨਿਕਲ ਕੇ ਖਬਰਾਂ ਕਿੱਥੋਂ ਸਾਹਮਣੇ ਆ ਰਹੀਆਂ, ਇਹ ਸਾਰੀਆਂ ਗੱਲਾਂ ਬਾਤਾਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਾਂਗੇ। ਤੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ। ਅਣਖੀ ਸਾਹਿਬ ਸਵਾਗਤ ਹੈ ਪ੍ਰੋਗਰਾਮ। ਬਹੁਤ ਬਹੁਤ ਧੰਨਵਾਦ ਜੀ। ਅਣਖੀ ਸਾਹਿਬ ਤੁਸੀਂ ਜਿਹੜੀ ਇਨਫੋਰਮੇਸ਼ਨ ਪਹਿਲਾਂ ਵੀ ਲੈ ਕੇ ਆਉਂਦੇ ਰਹੇ ਹੋ, ਜਿੰਨੀਆਂ ਵੀ ਇਨਫੋਰਮੇਸ਼ਨ ਨੇ ਤੁਹਾਡੀਆਂ ਉਹ ਲੈ ਕੇ ਆਉਂਦੇ ਰਹੇ ਹੋ ਤੇ ਉਹ ਹੁਣ ਤੱਕ ਜਿਹੜੀਆਂ ਸਹੀ ਤੇ ਸਟੀਕ ਸਾਬਤ ਹੁੰਦੀਆਂ ਆ ਰਹੀਆਂ ਨੇ, ਪਰ ਅੱਜ ਜਿਹੜੀ ਤੁਸੀਂ ਇਨਫੋਰਮੇਸ਼ਨ ਲੈ ਕੇ ਆਏ ਹੋ ਸਕਦਾ ਕਿ ਆਪਣੇ ਬਹੁਤ ਸਾਰੇ ਦਰਸ਼ਕਾਂ ਦੇ ਗਲੇ ਦੇ ਵਿੱਚ ਸ਼ੁਰੂਆਤ ਦੇ ਵਿੱਚ, ਕਿਉਂਕਿ ਸਾਰੀਆਂ ਇਨਫੋਰਮੇਸ਼ਨ ਇਹੋ ਜਿਹੀਆਂ ਹੁੰਦੀਆਂ, ਕਿਉਂਕਿ ਸ਼ੁਰੂਆਤ ਦੇ ਵਿੱਚ ਕੁਝ ਲੋਕ ਸੋਚਦੇ ਆ ਵੀ ਇਹ ਤਾਂ ਉਈ ਛੱਡੀ ਜਾਂਦੇ, ਪਤਾ ਨਹੀਂ ਕਿੱਥੋਂ ਲਈ ਆਉਂਦੇ ਆ, ਤਾਂ ਫਿਰ ਮੰਨਿਆ ਕੁਝ ਔਖੀਆਂ ਹੁੰਦੀਆਂ ਨੇ। ਅੱਜ ਵਾਲੀ ਵੀ ਅਜਿਹੀ ਇਨਫੋਰਮੇਸ਼ਨ ਹੈ ਕਿ ਹੋ ਸਕਦਾ ਕਿ ਕੁਝ ਲੋਕਾਂ ਨੂੰ ਇਹ ਆਪਣੇ ਵਾਲਾ ਜਿਹੜਾ ਪ੍ਰੋਗਰਾਮ ਆ ਗਲੇ ਉਤਾਰਨ ਦੇ ਵਿੱਚ ਥੋੜ੍ਹੀ ਜਿਹੀ ਤਕਲੀਫ ਹੋਵੇ, ਪਰ ਤੁਹਾਡੇ ਤੇ ਮੈਂ ਛੱਡਦਾ, ਕਿੱਥੋਂ ਸ਼ੁਰੂਆਤ ਕਰੀਏ ਇਸ ਖਬਰ ਦੀ? ਜਿੱਥੋਂ ਤੁਸੀਂ ਕਹਿ ਰਹੇ ਹੋ ਸਰਕਾਰ ਡੇਗਣ ਤੱਕ ਦੀ ਨੌਬਤ, ਉੱਥੋਂ ਸ਼ੁਰੂਆਤ ਕਰੀਏ, ਸੁਨੀਲ ਜਾਖੜ ਤੋਂ ਕਰੀਏ, ਜਾਂ ਫਿਰ ਇਹ ਜਿੱਥੋਂ ਰੌਲਾ ਸ਼ੁਰੂ ਹੋਇਆ ਸੀ ਉੱਥੋਂ ਕਰੀਏ? ਸਿੱਧੂ ਸਾਹਿਬ, ਅਸੀਂ ਜਿਹੜੀ ਗੱਲ ਕਰਦੇ, ਕਿਉਂਕਿ ਸੁਨੀਲ ਜਾਖੜ ਦੇ ਸੰਬੰਧੀ ਗੱਲ ਬੜੀ ਵਾਰੀ ਹੋ ਚੁੱਕੀ ਹੈ, ਚਾਹੇ ਉਸਦੇ ਬਿਆਨਾਂ ਦੇ ਵਿੱਚ ਕੁਝ ਨਵਾਂ ਨਹੀਂ ਹੈ, ਤਾਂ ਲੁਕਵਾਂ ਸੱਚ ਅੰਤਰਗਤ ਪ੍ਰੋਗਰਾਮ ਦੇ ਸਾਡਾ ਇਹ ਫਰਜ਼ ਬਣਦਾ ਕਿ ਜੋ ਕੁਝ ਨਵੇਂ ਸਮੇਂ ਕਰਨ ਕਾਂਗਰਸ ਦੇ ਮੰਚ ਦੇ ਪਿਛਲੀ ਸਟੇਜ ਤੇ ਬਣਦੇ ਪਏ ਆ, ਉਹਨਾਂ ਤੋਂ ਦਰਸ਼ਕਾਂ ਨੂੰ ਰੂਬਰੂ ਜਿਹੜਾ ਉਹ ਜ਼ਰੂਰ ਕਰਵਾਇਆ ਜਾਏ। ਇੱਥੇ ਗੱਲ ਆਪਾਂ ਸਪਸ਼ਟ ਕਰ ਦਈਏ ਕਿ ਜਿਹੜੀ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ, ਉਸ ਦੀਆਂ ਕਨਸੂਆਂ ਸਾਨੂੰ ਕਾਂਗਰਸੀ ਹਲਕਿਆਂ ਤੋਂ ਹੀ ਮਿਲੀਆਂ ਨੇ, ਉਹਨਾਂ ਕਾਂਗਰਸੀ ਵਿਧਾਇਕਾਂ ਜਾਂ ਉਹਨਾਂ ਮੰਤਰੀਆਂ ਤੋਂ ਹੀ ਮਿਲੀਆਂ ਨੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਸ਼ੈਲੀ ਉਸ ਦੀ ਨੀਤੀਆਂ ਦਾ ਪਿਛਲੇ ਸਮੇਂ ਤੋਂ ਵਿਰੋਧ ਕਰਦੇ ਆ ਰਹੇ ਆ। ਸੋ ਕਹਿਣ ਦਾ ਅਰਥ ਇਹ ਆ ਕਿ ਗੱਲ ਜਿਹੜੀ ਆ ਆਪਾਂ ਇਸੇ ਤੋਂ ਇਸੇ ਵਿਸ਼ੇ ਤੋਂ ਸ਼ੁਰੂ ਕਰੀਏ ਕਿ ਜਿਹੜੀਆਂ ਆਉਂਦੇ ਦਿਨਾਂ 'ਚ ਕੀ ਸੰਭਾਵਨਾ ਬਣ ਸਕਦੀਆਂ ਨੇ ਅਤੇ ਕੀ ਸੰਭਾਵਨਾਵਾਂ ਨਹੀਂ ਹੋ ਸਕਦੀਆਂ, ਔਰ ਜੇਕਰ ਸਰਕਾਰ ਡਿੱਗਣ ਦੀ ਸਥਿਤੀ ਆਉਂਦੀ ਹੈ ਤਾਂ ਫਿਰ ਉਹ ਕਿਹੜੀਆਂ ਸੰਭਾਵਨਾਵਾਂ ਨੇ ਜਿਸ ਕਾਰਨ ਜਿਹੜਾ ਵਿਰੋਧੀ ਧਿਰ ਦੇ ਜਿਹੜੇ ਕੈਪਟਨ ਅਮਰਿੰਦਰ ਦਾ ਵਿਰੋਧ ਕਰ ਰਹੇ ਨੇ ਉਹ ਇਸ ਬਾਰੇ ਸੋਚਣ ਲੱਗ ਪਏ ਨੇ। ਸੋ ਗੱਲ ਤੁਸੀਂ ਇਸ ਮੁੱਦੇ ਤੋਂ ਸ਼ੁਰੂ ਕਰ ਸਕਦੇ ਜੀ, ਕਰੋ ਸ਼ੁਰੂ। ਸਿੱਧੂ ਸਾਹਿਬ, ਇਸ ਵੇਲੇ ਸਥਿਤੀ ਇਹ ਆ ਕਿ ਜਿਹੜੇ ਕਾਂਗਰਸੀ ਵਿਧਾਇਕਾਂ ਵੱਲੋਂ ਜਾਂ ਨਵਜੋਤ ਸਿੱਧੂ ਵੱਲੋਂ ਜਿਹੜੀ ਲੜਾਈ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਮੁੱਦੇ ਦੇ ਕਥਿਤ ਦੋਸ਼ੀਆਂ ਨੂੰ ਜੇਲ੍ਹ ਦੀਆਂ ਸਿੱਖਾਂ ਪਿੱਛੇ ਲੈ ਕੇ ਡੱਕਣ ਦੀ ਸੀ, ਉਹ ਗੱਲ ਬਦਲਦੀ ਬਦਲਦੀ ਬਹੁਤ ਦੂਰ ਆ ਗਈ ਅਤੇ ਉਹ ਸਥਿਤੀ ਹੁਣ ਕੁਝ ਹੋਰ ਬਣ ਗਈ ਹੈ। ਸ਼ਾਇਦ ਇਸੇ ਤਰੀਕੇ ਦੇ ਨਾਲ ਜਦੋਂ ਨਵਜੋਤ ਸਿੱਧੂ ਨੇ ਇੱਕ ਟਵੀਟ ਕੀਤਾ ਤਾਂ ਉਸਦੇ ਟਵੀਟ ਕਰਨ ਦੀ ਦੇਰ ਸੀ ਕਿ ਵੱਖ ਵੱਖ ਬਾਕੀ ਸੁਰਾਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਉੱਭਰਦੀਆਂ ਸ਼ੁਰੂ ਹੋ ਗਈਆਂ, ਔਰ ਉਹਨਾਂ ਬਾਕੀ ਸੁਰਾਂ ਦਾ ਜਿਹੜਾ ਸੰਬੰਧ ਸੀ ਉਹ ਕੇਵਲ ਔਰ ਕੇਵਲ ਕੈਪਟਨ ਅਮਰਿੰਦਰ ਸਿੰਘ ਦੀ ਇਹਨਾਂ ਵਿਧਾਇਕਾਂ ਨੂੰ ਨਜ਼ਰਅੰਦਾਜ਼ ਕਰਨਾ, ਇਹਨਾਂ ਨੂੰ ਸਮਾਂ ਨਾ ਦੇਣਾ ਔਰ ਇਹਨਾਂ ਦੇ ਨਾਲ ਕਿਸੇ ਵੀ ਮੁੱਦੇ 'ਤੇ ਸਹਿਮਤ ਨਾ ਹੋਣਾ, ਆਪਣੀ ਰਜਵਾੜਾਸ਼ਾਹੀ ਜਾਂ ਆਪਣੀ ਰਾਜੇ ਵਾਲੀ ਦਿੱਖ ਨੂੰ ਬਰਕਰਾਰ ਰੱਖਣਾ ਹੀ ਸੀ, ਜਿਸ ਕਾਰਨ ਇਹ ਜਿਹੜੀ ਇੱਕ ਚਿੰਗਾਰੀ ਸੀ ਨਵਜੋਤ ਸਿੱਧੂ ਵੱਲੋਂ ਸੁੱਟੀ ਗਈ ਉਹ ਇੱਕ ਸਮਾਂ ਆਇਆ ਉਹ ਭਾਂਬੜ ਦੇ ਰੂਪ ਦੇ ਵਿੱਚ ਬਦਲ ਗਈ ਅਤੇ ਇਸ ਵੇਲੇ ਪੂਰੀ ਆਰ ਪਾਰ ਦੀ ਲੜਾਈ ਸ਼ੁਰੂ ਹੋ ਗਈ। ਤਾਂ ਇਸੇ ਆਰ ਪਾਰ ਦੀ ਲੜਾਈ ਨੂੰ ਠੱਲ ਪਾਉਣ ਵਾਸਤੇ ਕਾਂਗਰਸ ਹਾਈ ਕਮਾਨ ਨੇ 3 ਮੈਂਬਰੀ ਕਾਂਗਰਸੀ ਮੈਜੜੀ ਕਮੇਟੀ ਦਾ ਗਠਨ ਕੀਤਾ ਤਾਂ ਜੋ ਸਾਰੇ ਵਿਧਾਇਕ ਨੇ ਮੰਤਰੀ ਨੇ
ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਬਾਗੀ ਸੁਰਾਂ ਅਲਾਪਦੇ ਪਏ ਨੇ ਉਹਨਾਂ ਦੀ ਗੱਲਬਾਤ ਸੁਣ ਕੇ ਜਿਹੜੀ ਸਾਰੀ ਸਥਿਤੀ ਹੈ ਉਸ ਨੂੰ ਸ਼ਾਂਤ ਕੀਤਾ ਜਾਵੇ ਤੇ ਜਿਹੜੀਆਂ 2022 ਦੀਆਂ ਚੋਣਾਂ ਨੇ ਉਹਨੂੰ ਠੀਕ ਤਰੀਕੇ ਦੇ ਨਾਲ ਲੜਿਆ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਰਾਜਨੀਤਿਕ ਜਿਹੜੇ ਸਮੀਕਰਨ ਨੇ ਉਹ ਨਵੇਂ ਬਣਦੇ ਪਏ ਨੇ ਤੇ ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਉਹਨਾਂ ਨੇ ਇਹ ਗੱਲ ਸੋਚੀ ਕਿ ਇਹੋ ਜਿਹਾ ਜਿਹੜਾ ਯਤਨ ਹੈ ਉਹ ਕੀਤਾ ਜਾਣਾ ਚਾਹੀਦਾ ਹੈ। ਪਰ ਠੀਕ 15 ਦਿਨ ਹੋ ਚੁੱਕੇ ਆ ਵਿਧਾਇਕਾਂ ਨੂੰ ਮਿਲਣ ਦਾ ਸਿਲਸਿਲਾ ਔਰ ਕਾਂਗਰਸ ਹਾਈ ਕਮੇਟੀ ਵੱਲੋਂ ਜਿਹੜੀ ਕਮੇਟੀ ਗਠਿਤ ਕੀਤੀ ਉਹਦੇ ਵੱਲੋਂ ਰਿਪੋਰਟ ਪੇਸ਼ ਕੀਤਿਆਂ ਵੀ ਹਫ਼ਤਾ ਬੀਤ ਗਿਆ। ਅਸੀਂ ਅਕਸਰ ਕਹਿੰਦੇ ਹਾਂ ਕਿ 80 ਦੇ ਵਿਧਾਇਕ ਜਿਹੜੇ ਮਿਲੇ 80 ਵਿਧਾਇਕ ਮਿਲੇ ਪਰ ਜੇਕਰ ਗਿਣਤੀ ਕੀਤੀ ਜਾਵੇ ਤਾਂ 80 ਨਹੀਂ ਸਨ, 80 ਵਿਧਾਇਕ ਤਾਂ ਹੈ ਹੀ। ਕਰੀਬ ਕਾਂਗਰਸ ਹਾਈ ਕਮੇਟੀ ਦੇ ਅੱਗੇ 150 ਦੇ ਕਰੀਬ ਜਿਹੜੇ ਮੈਂਬਰ ਨੇ ਉਹ ਸ਼ਾਮਿਲ ਹੋਏ ਜਿਹਨਾਂ ਦੇ ਵਿੱਚ ਹਲਕਾ ਇੰਚਾਰਜ ਵੀ ਸੀ, ਕੁਝ ਜਿਹੜੇ ਉੱਗੇ ਚੇਅਰਮੈਨ ਸਾਬਕਾ ਚੇਅਰਮੈਨ ਮਤਲਬ ਹਰ ਤਰੀਕੇ ਸਾਬਕਾ ਪ੍ਰਧਾਨ ਜਿਹੜੇ ਹਾਰੇ ਹੋਏ ਲੀਡਰ ਸੀਗੇ ਸਾਰੇ ਜੀ ਜੀ ਮਤਲਬ ਉਹ 150 ਦੇ ਕਰੀਬ ਜਿਹੜੀ ਗਿਣਤੀ ਬਣਦੀ ਹੈ ਤਾਂ 150 ਵਿਅਕਤੀਆਂ ਦੇ ਵਿੱਚ ਕਿਹੜੇ ਬੰਦੇ ਕੈਪਟਨ ਦੇ ਖਿਲਾਫ਼ ਹੋਏ ਸਾਡੇ ਕੋਲ ਤਾਂ ਡਾਟਾ ਜਾਂ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਇੰਟਰਸਟ ਤਾਂ ਕੇਵਲ ਇੰਨਾ ਹੀ ਹੈ ਨਾ ਕਿ ਇਹ ਵੇਖਿਆ ਜਾਵੇ ਕਿ ਕਿੰਨੇ ਵਧਾਇਕ ਕੈਪਟਨ ਅਮਰਿੰਦਰ ਦੇ ਨਾਲ ਤੇ ਕਿੰਨੇ ਦੂਜੇ ਬੰਦੇ ਨੇ। ਪਰ ਉੱਥੇ ਕਾਫ਼ੀ ਕੁਝ ਜੋ ਸਾਡੇ ਸੂਚਨਾਵਾਂ ਜੋ ਸਾਨੂੰ ਮਿਲੀਆਂ ਨੇ ਕਾਫ਼ੀ ਕੁਝ ਉੱਥੇ ਇਹੋ ਜਿਹਾ ਮਿਲਿਆ ਕਿ ਜਿਹੜਾ ਕੈਪਟਨ ਅਮਰਿੰਦਰ ਦੇ ਖਿਲਾਫ਼ ਚੱਲਦਾ, ਜਿਸ ਕਾਰਨ ਇਹ ਵਿਧਾਇਕ ਇਹ ਹਲਕਾ ਇੰਚਾਰਜ ਜਾਂ ਸਾਬਕਾ ਪ੍ਰਧਾਨ ਜਿਹੜੇ ਨੇ ਉਹ ਇੱਕ ਆਰ ਪਾਰ ਲੜਾਈ ਲੜਨ ਦੇ ਮੂਲ 'ਚ ਨੇ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਨਾਲ। ਜਿਸ ਤਰੀਕੇ ਨਾਲ ਬਟਾਲੇ ਤੋਂ ਜਿਹੜੇ ਹਲਕਾ ਵਧਾਇਕ ਸੀ ਅਸ਼ਵਨੀ ਸ਼ੇਖਰੀ ਉਸਨੇ ਵੀ ਕੈਪਟਨ ਅਮਰਿੰਦਰ ਦੇ ਖਿਲਾਫ਼ ਬੜੀ ਬਾਕੀ ਸੁਰਾਂ ਲੱਭੀਆਂ, ਕਾਂਗਰਸ ਦੇ ਖਿਲਾਫ਼ ਲੱਭੀਆਂ। ਸੋ ਅਜਿਹੀਆਂ ਸਥਿਤੀਆਂ ਵੱਖ ਵੱਖ ਥਾਵਾਂ 'ਤੇ ਬਣਦੀਆਂ ਪਈਆਂ ਤਾਂ ਇਸ ਆਰ ਪਾਰ ਦੀ ਲੜਾਈ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਜਿਹੜੀਆਂ ਨੇ ਕਾਂਗਰਸ ਹਾਈ ਕਮਾਨ ਦੇ ਜਿਹੜੀ ਪ੍ਰਧਾਨ ਨੇ ਮੈਡਮ ਸੋਨੀਆ ਗਾਂਧੀ ਉਹਦੇ ਉੱਤੇ ਟਿੱਕੀਆਂ ਹੋਈਆਂ। ਹੁਣ ਅਜੇ ਇੱਕ ਹਫ਼ਤਾ ਬੀਤਣ ਦੇ ਬਾਵਜੂਦ ਵੀ ਕਾਂਗਰਸ ਹਾਈ ਕਮਾਨ ਵੱਲੋਂ ਕੋਈ ਵੀ ਕਿਸੇ ਵੀ ਕਿਸਮ ਦਾ ਜਿਹੜਾ ਹੰਗਾਰਾ ਆ ਉਹ ਨਹੀਂ ਆ ਰਿਹਾ ਕਿ ਕਿਹੋ ਜਿਹੀ ਕਾਰਵਾਈ ਜਿਹੜੀ, ਹਾਲਾਂਕਿ ਸਿਫਾਰਿਸ਼ਾਂ ਦਾ ਪਤਾ ਕਿ ਕਮੇਟੀ ਨੇ ਕੀ ਸਿਫਾਰਿਸ਼ਾਂ ਕੀਤੀਆਂ ਨੇ ਪਰ ਇਸ ਦੇ ਬਾਵਜੂਦ ਕੋਈ ਵੀ ਜਿਹੜੀ ਐਕਸ਼ਨ ਜਿਹੜਾ ਆ ਉਹ ਕੋਈ ਵੀ ਹੁੰਦਾ ਦਿਖਾਈ ਨਹੀਂ ਦੇ ਰਿਹਾ। ਜਿਸ ਕਾਰਨ ਇੱਕ ਪਾਸੇ ਤਾਂ ਕੈਪਟਨ ਅਮਰਿੰਦਰ ਨੇ ਜਿਹੜੇ ਵਿਧਾਇਕਾਂ ਨਾਲ ਮੀਟਿੰਗਾਂ ਸ਼ੁਰੂ ਕਰਤੀਆਂ ਨੇ, ਦੂਜੇ ਪਾਸੇ ਜਿਹੜੇ ਬਾਗੀ ਵਿਧਾਇਕ ਸੀ ਜਿਸ ਤਰ੍ਹਾਂ ਪ੍ਰਗਟ ਸਿੰਘ ਹੋਣੀ ਸੀ ਉਹਨੇ ਵੀ ਪ੍ਰੈਸ ਕਾਨਫਰੰਸ ਕਰਕੇ ਆਪਣਾ ਰਾਤ ਅਲਾਪ ਦਿੱਤਾ। ਪਰ ਇਹਦੇ ਬਾਵਜੂਦ ਜਿਹੜੇ ਬਾਗੀ ਵਿਧਾਇਕ ਜਾਂ ਮੰਤਰੀ ਸਨ ਉਹ ਚੁੱਪ ਸਨ ਤੇ ਹੁਣ ਦੋਵੇਂ ਪਾਸੇ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਨੂੰ ਇਹ ਡਰ ਆ ਕਿ ਮੇਰੀ ਕਿਤੇ ਕੁਰਸੀ ਜਾਂ ਮੇਰੀਆਂ ਜਿਹੜੀਆਂ ਪਾਵਰਾਂ ਨੇ ਉਹਨਾਂ ਨੂੰ ਘੱਟ ਨਾ ਕਰ ਦਿੱਤਾ ਜਾਵੇ, ਤੇ ਦੂਜੇ ਪਾਸੇ ਜਿਹੜੇ ਬਾਗੀ ਵਿਧਾਇਕ ਸੀ ਉਹਨਾਂ ਨੂੰ ਇਹ ਵੀ ਡਰ ਆ ਕਿ ਜੇਕਰ ਸਾਡੀਆਂ ਇਹਨਾਂ ਸ਼ਿਕਾਇਤਾਂ ਦੇ ਬਾਵਜੂਦ ਕਾਂਗਰਸ ਹਾਈਕਮਾਨ ਨੇ ਇਹਨਾਂ ਦਾ ਨਿਵਾਰਨ ਨਾ ਕੀਤਾ ਤਾਂ ਕੈਪਟਨ ਅਮਰਿੰਦਰ ਸਿੰਘ ਹੋਣੀ ਇੱਕ ਬਿਲਕੁਲ ਸ਼ਕਤੀਸ਼ਾਲੀ ਨੇਤਾ ਦੇ ਰੂਪ 'ਚ ਉੱਭਰ ਕੇ ਫਿਰ ਸਾਹਮਣੇ ਆ ਗਏ ਤਾਂ ਫਿਰ ਉਹਨਾਂ ਸਾਰਿਆਂ ਦਾ ਜਿਹੜਾ ਭਵਿੱਖ ਆ ਉਹ ਖਤਰੇ ਦੇ ਵਿੱਚ ਆ, ਉਹਨਾਂ ਨੂੰ ਫਿਰ ਥਾਂ ਜਿਹੜੀ ਆ ਕੈਪਟਨ ਅਮਰਿੰਦਰ ਸਿੰਘ ਨਹੀਂ ਦੇਵੇਗਾ ਕਿਸੇ ਵੀ ਸੂਰਤ ਦੇ ਵਿੱਚ, ਮਾਫ਼ ਕਰਨ ਦੀ ਜਿਹੜੀ ਨੀਤੀ ਆ ਕੈਪਟਨ ਅਮਰਿੰਦਰ ਮਾਫ਼ ਨਹੀਂ ਕਰੇਗਾ। ਸੋ ਇਹ ਸਾਰੇ ਡਰ ਦੀ ਭਾਵਨਾ ਦੇ ਵਿੱਚ ਕਾਂਗਰਸੀ ਖੇਮੇ ਜਿਹੜੇ ਇਹੋ ਜਿਹੇ ਮੋਰਚੇ ਖੋਲਤੇ ਜਿਹੜੇ ਮੋਰਚੇ ਨਾ ਤਾਂ ਬੰਦ ਕੀਤੇ ਜਾ ਸਕਦੇ ਆ ਨਾ ਮੋਰਚੇ ਛੱਡ ਕੇ ਭੱਜਣ ਦੇਣਾ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਨੂੰ ਗਿਰੀ ਮੋਰਚੇ ਅਜਿਹੇ ਜੇ ਚੋਗੇ। ਮੈਂ ਉਹੀ ਗੱਲ ਕਰ ਰਿਹਾ ਨਾ ਕਿ ਇਸ ਡਰ ਦੀ ਭਾਵਨਾ ਜਿਹੜਾ ਇੱਕ ਸਹਿਮ ਆ ਕਿ ਕਾਂਗਰਸ ਹਾਈ ਕਮਾਨ ਨੇ ਪਤਾ ਨਹੀਂ ਕਿਹਦੇ ਵੱਲ ਝੁੱਕ ਜਾਣਾ, ਉਸ ਭਵਿੱਖ ਦੇ ਜਿਹੜੇ ਝੁਕਣ ਨੂੰ ਜਾਂ ਨਾ ਝੁਕਣ ਦੀ ਜਿਹੜੀ ਪ੍ਰਵਿਰਤੀ ਆ ਜਾਂ ਜਿਹੜੀ ਇੱਕ ਡਰ ਦੀ ਭਾਵਨਾ ਆ ਉਹਦੇ ਆਧਾਰ ਤੇ ਜਿਹੜੇ ਬਾਗੀ ਧੜੇ ਦੇ ਵਿਧਾਇਕ ਨੇ ਜਾਂ ਮੈਂਬਰ ਨੇ ਜਾਂ ਜਿਹੜਾ ਇੱਕ ਧੜਾ ਅਸੀਂ ਕਹਿ ਸਕਦੇ ਹਾਂ ਉਹਨਾਂ ਨੇ ਹੁਣ ਇਹ ਗੱਲ ਸੋਚਣੀ ਸ਼ੁਰੂ ਕਰ ਦਿੱਤੀ ਆ। ਬਕਾਇਦਾ ਮੀਟਿੰਗਾਂ ਦਾ ਜਿਹੜਾ ਸਿਲਸਿਲਾ ਉਹ ਵੀ ਜਾਰੀ ਆ, ਜੇਕਰ ਕਾਂਗਰਸ ਹਾਈਕਮਾਨ ਇਹਨਾਂ ਬਾਗੀ ਵਿਧਾਇਕਾਂ ਦੇ ਆਧਾਰ ਤੇ ਜਾਂ ਕਮੇਟੀ ਵੱਲੋਂ ਜਿਹੜੀ ਰਿਪੋਰਟ ਪੇਸ਼ ਕੀਤੀ ਗਈ ਉਹਦੇ ਆਧਾਰ ਤੇ ਕੋਈ ਕਾਰਵਾਈ ਨਹੀਂ ਕਰਦੀ ਤਾਂ ਇਹ ਬਾਗੀ ਵਿਧਾਇਕ ਜਾਂ ਮੰਤਰੀ ਜਾਂ ਹਲਕਾ ਇੰਚਾਰਜਾਂ ਦੇ ਖੇਮਿਆਂ ਤੋਂ ਬਕਾਇਦਾ ਤੌਰ 'ਤੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਆ। ਔਰ ਇਹ ਖਬਰ ਉੱਭਰ ਕੇ ਸਾਹਮਣੇ ਆਈ ਆ ਕਿ ਫਿਰ ਜੇਕਰ ਨਹੀਂ ਹੋਏਗਾ ਤਾਂ ਫਿਰ ਇੱਕ ਬੇਵਿਸ਼ਵਾਸੀ ਦਾ ਮਤਾ ਆਪਣੀ ਹੀ ਸਰਕਾਰ ਦੇ ਖਿਲਾਫ਼ ਗਵਰਨਰ ਕੋਲ ਲੈ ਕੇ ਜਾਇਆ ਜਾ ਸਕਦਾ, ਜਿਹਦੇ ਵਿੱਚ ਇਹ ਕਿਹਾ ਜਾਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਮੌਜੂਦਾ ਵਿਧਾਇਕਾਂ ਦਾ ਸਮਰਥਨ, ਜਿੰਨੇ ਵਿਧਾਇਕਾਂ ਨਾਲ ਉਹਨਾਂ ਸਰਕਾਰ ਚਲਾਉਣੀ ਹੈ ਉਹ ਸਮਰਥਨ ਪ੍ਰਾਪਤ ਨਹੀਂ ਆ, ਜਿਸ ਕਰਕੇ ਭਰੋਸੇ ਦਾ ਜਿਹੜਾ ਵੋਟ ਹੈ ਉਹ ਹਾਸਲ ਕੀਤਾ ਜਾਵੇ। ਇਹਦੇ ਸੰਬੰਧੀ ਬਕਾਇਦਾ ਤੌਰ 'ਤੇ ਸਿੱਧੂ ਸਾਹਿਬ ਅਸੀਂ ਇਹ ਹਵਾ ਦੇ ਵਿੱਚ ਗੱਲਾਂ ਨਹੀਂ ਕਰ ਰਹੇ, ਪਰ ਕਾਂਗਰਸੀ ਵਿਰੋਧੀ ਖੇਮਿਆਂ ਦੇ ਵਿੱਚ ਅਜਿਹੀਆਂ ਗੱਲਾਂ ਨੂੰ ਲੈ ਕੇ ਅਜਿਹੇ ਤੱਥਾਂ ਨੂੰ ਲੈ ਕੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੋ ਚੁੱਕਾ ਔਰ ਕੇਵਲ ਜਿਹੜੀ ਨਜ਼ਰ ਹੈ ਉਹ ਮੈਡਮ ਸੋਨੀਆ ਗਾਂਧੀ ਦੇ ਲਏ ਜਾਣ ਵਾਲੇ ਫੈਸਲੇ 'ਤੇ ਹੈ। ਮੈਂ ਇੱਕ ਗੱਲ ਹੋਰ ਕਲੀਅਰ ਕਰਦਾ ਕਿ ਇਹੋ ਜਿਹੀਆਂ ਘਟਨਾਵਾਂ ਕੋਈ ਨਵੀਆਂ ਘਟਨਾਵਾਂ ਪੰਜਾਬ ਦੀ ਸਿਆਸਤ ਵਿੱਚ ਨਹੀਂ ਹੋਈਆਂ। 1987 ਦੇ ਵਿੱਚ ਜਦੋਂ ਬਰਦਾਰਾ ਸੁਰਜੀਤ ਸਿੰਘ ਬਰਦਾਲੇ ਦੀ ਸਰਕਾਰ ਸੀ ਤਾਂ ਉਸ ਵਕਤ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਆਪਰੇਸ਼ਨ ਬਲੈਕ ਥੰਡਰ ਹੋਇਆ ਤੇ ਜਦੋਂ ਆਪਰੇਸ਼ਨ ਬਲੈਕ ਥੰਡਰ ਹੋਇਆ ਤਾਂ ਉਸਦੇ ਵਿਰੋਧ ਦੇ ਵਿੱਚ
प्रकाश सिंह बादल, गुरचरण सिंह टौरा और पंजाब के ये मुख्यमंत्री कैप्टन अमरिंदर सिंह जो उस वे खेतीबाड़ी मंत्री सन, इन्होंने रिजाइन दिता कैप्टन अमरिंदर सिंह होना ने, और बादल प्रकाश सिंह बादल ने अपनी ही सरकार को तोड़ दिता। सो कहने का अर्थ कि यह जो सिलसिला यह चलता रहा, और इसते संबंधी जो हुण कुछ कांग्रसी सफा दे विच हो रहा, और जिस तरीके सारे दी नज़र कांग्रेस हाईकमान उत्ते लगियां, उहदे संदर्भ दे विच हुण जिहड़ा आ इह तत्थ सामने आया। हाँ, इहदी सिर्फ वेट एंड वाच की जिहड़ी नीति दे उत्ते काम कर रहे ने, जेकर ये विधायक संतुष्ट होंदे ने जो कार्रवाई हाईकमान वालों की जाती है। जिहड़ा तुसीं गल कर रहे हो आ विश्वास की गल है, आ विश्वास ਉਹਨਾਂ ਕੋਲ ਲੈ ਕੇ ਜਾਣਗੇ, ਹਾਈ ਕਮਾਨ ਕੋਲ ਲੈ ਕੇ ਜਾਣਗੇ ਦੁਬਾਰਾ, ਕਿ ਜੇ ਤੁਸੀਂ ਧੱਕੇ ਨਾਲ ਸਾਡੇ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਥੋਪ ਰਹੇ ਹੋ ਤਾਂ ਫਿਰ ਅਸੀਂ ਆਹ ਬੈਠੇ ਹਾਂ, ਸਾਡੇ ਵਾਲੇ ਪਾਸੇ ਲੀਡਰ ਜ਼ਿਆਦਾ ਨੇ, ਕੈਪਟਨ ਅਮਰਿੰਦਰ ਸਿੰਘ ਤੁਹਾਨੂੰ ਆਪਣੇ ਕੋਲ ਆਪਣੇ ਵਾਲੇ ਪਾਸੇ ਜ਼ਿਆਦਾ ਲੀਡਰ ਦਿਖਾ ਦੇਣ, ਤਾਂ ਫਿਰ ਤੁਸੀਂ ਸਾਡੇ ਨਾਲ ਸਾਡੇ 'ਤੇ ਥੋਪੋ ਨਾ ਕੈਪਟਨ ਅਮਰਿੰਦਰ ਸਿੰਘ ਨੂੰ, ਇਹ ਕਹਿ ਸਕਦੇ ਆ, ਜਾਂ ਫਿਰ ਰਾਜਪਾਲ ਕੋਲ ਦੇ ਕੋਲ ਜਾ ਸਕਦੇ। ਨਹੀਂ, ਜੋ ਸਥਿਤੀਆਂ ਨੇ ਉਹ ਹੁਣ ਸਿੱਧੀ ਉਹ ਕਹਿੰਦੇ ਕਿ ਇੱਕ ਵਾਰੀ ਸਾਨੂੰ ਹਾਈਕਮਾਨ ਨੇ ਸੱਦਿਆ, ਔਰ ਇੱਕ ਵਾਰੀ ਅਸੀਂ ਆਪਣੀ ਗੱਲ ਕਰ ਚੁੱਕੇ ਹਾਂ, ਹੁਣ ਵਾਰ ਵਾਰ ਹਾਈਕਮਾਨ ਕੋਲ ਜਾ ਕੇ ਅਸੀਂ ਆਪਣਾ ਸਮਾਂ ਜਿਹੜਾ ਉਹ ਵਿਅਰਥ ਨਹੀਂ ਕਰਦਾ, ਕਿਉਂਕਿ ਪੰਜਾਬ ਦੇ ਵਿੱਚ ਇਹ ਰਾਜਪਾਲ ਕੋਲ ਜਾਣਗੇ, ਫਿਰ ਤਾਂ ਤੇ ਕੋਈ ਪਾਰਟੀ ਅਨੁਸ਼ਾਸਨ ਦੀ ਵੀ ਕਾਰਵਾਈ ਹੋ ਸਕਦੀ ਹੈ। ਜੇ ਮੰਨ ਲਓ ਜੇ 80 ਨੇ, 80ਆਂ ਦੇ ਵਿੱਚੋਂ ਜੇ 50 ਜਾਣਗੇ ਤਾਂ ਫਿਰ 50 ਜਾਣਗੇ ਤਾਂ ਫਿਰ ਪਾਰਟੀ ਉਹਨਾਂ ਦੀ ਕਾਰਵਾਈ ਵੀ ਕਰ ਸਕਦੀ ਹੈ। ਇਹ ਤਾਂ ਹੈ ਨਹੀਂ ਵੀ ਜੇ ਪਾਪ ਦੀ ਸਰਕਾਰ ਸੁੱਟਤੀ ਤਾਂ ਫਿਰ ਪਾਰਟੀ ਉਹਨਾਂ 50 ਲੀਡਰਾਂ ਨੂੰ ਫਿਰ ਗਲੇ ਲਾ ਲੂਗੀ, ਤਾਂ ਫਿਰ ਲੋਕ ਕਿਵੇਂ ਸੋਚ ਲੈਣ। ਸਿੱਧੂ ਸਾਹਿਬ, ਜਿਹੜੀ ਸਥਿਤੀ ਹੈ ਨਾ, ਸਥਿਤੀ ਇਹ ਹੈ ਕਿ ਜੇਕਰ ਅਸੀਂ ਨਹੀਂ ਤਾਂ ਫਿਰ ਰਹਿਣ ਤੈਨੂੰ ਨਹੀਂ ਦੇਣਾ। ਕਾਰਨ ਇਹ ਹੈ ਕਿ ਪਾਰਟੀ ਵਾਸਤੇ 50 ਵਿਧਾਇਕਾਂ ਨੂੰ ਇੱਕ ਸਾਈਡਲਾਈਨ ਕਰਨਾ ਉਹ ਵੀ ਇੰਨਾ ਸੰਭਵ ਨਹੀਂ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਸੋਚ ਰਹੇ ਜੇ, ਕਿਉਂਕਿ ਠੀਕ 6 ਮਹੀਨਿਆਂ ਬਾਅਦ ਪੰਜਾਬ ਦੀਆਂ ਚੋਣਾਂ ਨੇ। ਇਹ ਅਸੀਂ ਗੱਲ ਇਹ ਸੰਭਾਵਨਾ ਵਿਅਕਤ ਕਰ ਰਹੇ ਹਾਂ ਕਿ ਇਹ ਮਤਲਬ ਰੂਟ ਮੈਪ ਬਕਾਇਦਾ ਤੌਰ 'ਤੇ ਤਿਆਰ ਨਹੀਂ ਹੋਇਆ ਜਿਸ ਤਰੀਕੇ ਨਾਲ ਇਹ ਤਾਂ ਹੋ ਜਾਵੇ, ਪਰ ਕਿਉਂਕਿ ਸਥਿਤੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਬਣਦੀਆਂ ਪਈਆਂ ਨੇ, ਕਹਿਣ ਦਾ ਅਰਥ ਕਿ ਪਾਰਟੀ ਜੇਕਰ ਅਜਿਹਾ ਨਹੀਂ ਕਰਦੀ, ਇਸ ਗੱਲ ਦਾ ਪਾਰਟੀ ਨੂੰ ਵੀ ਹਾਈਕਮਾਨ ਨੂੰ ਵੀ ਬਤਾਇਆ ਕਿ ਜਿਹੜੇ ਵਿਧਾਇਕ ਨੇ ਉਹਨਾਂ ਦੇ ਵਿੱਚ ਇਹ ਗੱਲ ਜਿਹੜੀ ਹੈ ਘਰ ਕਰ ਚੁੱਕੀ ਹੈ, ਅਤੇ ਉਹ ਕੋਈ ਵੀ ਸਟੈਂਡ ਲੈਣ ਤੋਂ ਗਰੇਜ਼ ਨਹੀਂ ਕਰਨਗੇ। ਸੋ ਇਸ ਕਾਰਨ ਜਿਹੜੀ ਕਾਂਗਰਸ ਪਹਿਲਾਂ ਹੀ ਕਹਿ ਚੁੱਕੇ ਆ, ਉਹਨਾਂ ਦਾ ਸਮਰਥਨ ਪ੍ਰਗਟ ਸਿੰਘ ਵੀ ਦੇ ਚੁੱਕੇ ਆ, ਇਹ ਤਾਂ ਚਲੋ ਆਪਾਂ ਜੇ ਦਰਸ਼ਕ ਇਹ ਗੱਲ ਸੋਚਦੇ ਹੋਣ ਕਿ ਇਹ ਗੱਲ ਬਿਲਕੁਲ ਹੀ ਨਹੀਂ ਹੈ, ਇਹ ਐਸਾ ਤਾਂ ਨਹੀਂ ਹੈ ਵੀ ਇਹ ਗੱਲ ਬਿਲਕੁਲ ਨਹੀਂ, ਇਹ ਪਬਲਿਕਲੀ ਵੀ ਸੁਰਜੀਤ ਮਾਨ ਤੇ ਉਹ ਕਹਿ ਚੁੱਕੇ ਆ ਪ੍ਰਗਟ ਸਿੰਘ, ਕਿ ਆਪਾਂ ਨੂੰ ਸਰਕਾਰ ਸੁੱਟ ਦੇਣੀ ਚਾਹੀਦੀ ਹੈ। ਬਿਲਕੁਲ, ਆਹ ਵੇਖੋ, ਆਹ ਦੋ ਵਿਧਾਇਕ ਕੇਵਲ ਇਹਨਾਂ ਦੋ ਵਿਧਾਇਕਾਂ ਦਾ ਵਰਸ਼ਨ ਨਹੀਂ ਆ, ਇਹੋ ਜਿਹੀਆਂ ਗੱਲਾਂ ਬੜੇ ਹੋਰ ਨੇ। ਕੇਵਲ ਔਰ ਕੇਵਲ ਜਿਹੜੀ ਵੇਟ ਆ ਜਾਂ ਇੰਤਜ਼ਾਰ ਆ, ਕੇਵਲ ਔਰ ਕੇਵਲ ਕਾਂਗਰਸ ਹਾਈਕਮਾਨ ਵੱਲੋਂ ਲਏ ਜਾਣ ਵਾਲੇ ਐਕਸ਼ਨ ਦਾ ਕੀਤਾ ਜਾ ਰਿਹਾ। ਅਸਲ ਜਿਹੜੀ ਸਥਿਤੀ ਹੈ ਕਾਂਗਰਸ ਪੰਜਾਬ ਦੀ, ਕਾਂਗਰਸ ਦੇ ਕਾਟੋ ਕਲੇਸ਼ ਦੀ ਜਿਹੜੀ ਅਸਲੀ ਸਥਿਤੀ ਸਾਫ਼ ਉਸ ਦਿਨ ਹੋਵੇਗੀ ਜਿਸ ਦਿਨ ਕਾਂਗਰਸ ਹਾਈਕਮਾਨ 3 ਮੈਂਬਰੀ ਗਠਿਤ ਕਮੇਟੀ ਦੇ ਆਧਾਰ 'ਤੇ ਆਪਣਾ ਕੋਈ ਫੈਸਲਾ ਦਿੰਦੀ ਹੈ। ਜੇ ਤਾਂ ਫੈਸਲਾ ਸਾਰਿਆਂ ਨੂੰ ਬਰਾਬਰ ਹੋਇਆ, ਸਾਰਿਆਂ ਨੂੰ ਚੰਗਾ ਬਰਾਬਰ ਰੱਖਣ ਵਾਲਾ ਹੋਇਆ, ਤਾਂ ਫਿਰ ਹੋ ਸਕਦਾ ਕਿ ਸਾਰੇ ਇਕੱਠੇ ਬਰਾਬਰ ਚੱਲਣ। ਜੇਕਰ ਅਜਿਹੀ ਸਥਿਤੀ ਨਹੀਂ ਬਣਦੀ ਤਾਂ ਸਿੱਧੂ ਸਾਹਿਬ ਇਹਦੇ ਵਿੱਚ 100% ਚਾਂਸਿਸ ਜਿਹੜੇ ਨੇ, ਇਹ ਜਿਹੜੇ ਬਾਕੀ ਵਿਧਾਇਕ ਜਾਂ ਮੰਤਰੀ ਜਾਂ ਹਲਕਾ ਇੰਚਾਰਜ, ਇਹ ਪੰਜਾਬ ਦੀ ਰਾਜਨੀਤੀ ਵਿੱਚ ਅਜਿਹਾ ਧਮਾਕਾ ਕਰਨਗੇ ਜਿਸ ਦੀ ਗੂੰਜ ਜਿਹੜੀ ਹੈ ਦਿੱਲੀ ਕਾਂਗਰਸ ਹਾਈਕਮਾਨ ਤੱਕ ਬੜੇ ਜ਼ਬਰਦਸਤ ਤਰੀਕੇ ਨਾਲ ਪਹੁੰਚ ਸਕਦੀ ਆ, ਔਰ ਕੈਪਟਨ ਅਮਰਿੰਦਰ ਸਿੰਘ ਵਾਸਤੇ ਵੀ ਉਹਨਾਂ ਸਥਿਤੀਆਂ ਨੂੰ ਸੰਭਾਲਣਾ ਬਹੁਤ ਔਖਾ ਹੋਵੇਗਾ। ਜੀ ਸਿੱਧੂ ਸਾਹਿਬ, ਕੀ ਲੱਗਦਾ ਹੈ ਕਿ ਕਿੰਨੇ ਕੁ ਦਿਨਾਂ ਤੱਕ ਹੋਰ ਆ ਸਕਦੇ, ਕਿਉਂਕਿ ਸੁਨੀਲ ਜਾਖੜੇ ਗੱਲ ਕਹਿ ਰਹੇ ਨੇ ਕਿ ਇਹ ਹਫ਼ਤੇ ਜਾਂ 10 ਦਿਨ ਦੇ ਵਿੱਚ ਕਹਿੰਦੇ ਆ ਜੂਗੀ ਰਿਪੋਰਟ ਇਹ ਸਾਰੀ, ਯਾਨੀ ਹਫ਼ਤਾ 10 ਦਿਨ ਦੇ ਵਿੱਚ ਕਾਂਗਰਸ ਦੀ ਪੂਰੀ ਦਾ ਪੂਰਾ ਭਵਿੱਖ, ਕਾਂਗਰਸ ਦੀ ਪੂਰੀ ਸਥਿਤੀ ਜਿਹੜੀ ਹੈ ਉਹ ਸਾਫ਼ ਹੋ ਜੂਗੀ, ਅਤੇ ਨਾਲ ਹੀ ਨਾਲ ਇਹ ਵੀ ਸਾਫ਼ ਹੋ ਜੂਗਾ ਕਿ ਕਾਂਗਰਸ 2022 ਦੀਆਂ ਚੋਣਾਂ ਦੇ ਵਿੱਚ ਕਿੱਥੇ ਕਿੱਥੇ ਸਟੈਂਡ ਕਰੇਗੀ। ਮੈਂ ਸਿੱਧੂ ਸਾਹਿਬ ਉਹੀ ਕਹਿ ਰਿਹਾ ਨਾ ਕਿ ਇਹ ਤਾਂ ਕਾਂਗਰਸ ਹਾਈਕਮਾਨ ਨੇ ਇਸ ਮਸਲੇ ਨੂੰ ਨਜਿੱਠਣ ਦੀ ਹੈ, ਕਿ ਉਹ ਹੈ ਕਿ ਕਿੰਨੀ ਤੇਜ਼ੀ ਨਾਲ ਉਸਨੇ ਨਜਿੱਠਣਾ, ਔਰ ਜਿਹੜੀਆਂ ਸੰਭਾਵਨਾਵਾਂ ਜਿਹੜੀਆਂ ਜਾਂ ਉਹ ਸਾਨੂੰ ਸੂਚਨਾਵਾਂ ਜਿਹੜੀਆਂ ਸਾਨੂੰ ਮਿਲਦੀਆਂ ਪੈਂਦੀਆਂ, ਉਹ ਸੁਨੀਲ ਜਾਖੜ ਦੇ ਜਿਹੜਾ ਇਸ ਬਿਆਨ ਦੇ ਨਾਲ ਹੀ ਰਾਬਤਾ ਮਿਲਦਾ। ਉਹਨਾਂ ਨੇ ਇਹ ਗੱਲ ਜੋ ਸਾਡੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 20 ਤਰੀਕ ਤੱਕ ਜਿਹੜਾ ਇਹ ਫੈਸਲਾ ਜਿਹੜਾ ਉਹ ਆ ਸਕਦਾ, ਅਤੇ ਜੇਕਰ 20 ਤਰੀਕ ਤੋਂ ਤੱਕ ਇਹ ਫੈਸਲਾ ਕੋਈ ਕਾਂਗਰਸ ਹਾਈਕਮਾਨ ਨਹੀਂ ਲੈਂਦੀ ਤਾਂ ਫਿਰ ਸਥਿਤੀਆਂ ਇੱਕ ਨਵੇਂ ਸਮੀਕਰਨ ਜਿਹੜੇ ਆ ਉਹ ਬਣਨਗੇ, ਕਿਉਂਕਿ ਕੱਲ੍ਹ ਦੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਔਰ ਬਸਪਾ ਦਾ ਜਿਹੜਾ ਆਪਸੀ ਗੱਠਜੋੜ ਆ ਜਿਹੜਾ ਹੋਇਆ, ਉਹਨੇ ਵੀ ਕਾਂਗਰਸ ਦੇ ਜਿਹੜੇ ਹਲਕੇ ਨੇ ਉਹਨਾਂ ਵਿੱਚ ਚਿੰਤਾ ਦੀਆਂ ਲਕੀਰਾਂ ਜਿਹੜੀਆਂ ਪੈਦਾ ਕਰ ਦਿੱਤੀਆਂ ਨੇ, ਕਿਉਂਕਿ ਕਾਂਗਰਸ ਦਾ ਵੀ ਜਿਹੜੀ ਟੇਕ ਹੈਗੀ ਆ ਉਹ ਦਲਿਤ ਵਰਗ ਦੀ ਟੇਕ ਹੈਗੀ, ਅਤੇ ਜੇ ਦਲਿਤ ਵਰਗ ਇਸ ਵੇਲੇ ਬਸਪਾ ਦੇ ਨਾਲ ਰਲ ਕੇ ਸ਼੍ਰੋਮਣੀ ਅਕਾਲੀ ਦਲ ਵੱਲ ਝੁਕਦਾ ਅਤੇ ਦੂਜੇ ਪਾਸੇ ਕਾਂਗਰਸ ਦੇ ਵਿੱਚ ਆਪਣਾ ਕਾਟੋ ਕਲੇਸ਼ ਪਿਆ, ਕਾਂਗਰਸ ਪਾਰਟੀ ਟੁੱਟਣ ਦੀ ਕਗਾਰ 'ਤੇ ਆ, ਤਾਂ ਫਿਰ ਉਹਦੇ ਵਾਸਤੇ ਜਿੰਨੀ ਜਲਦੀ ਇਹ ਫੈਸਲੇ ਲਏ ਜਾਣਗੇ ਉਨੇ ਹੀ ਬੈਟਰ ਨੇ। ਸੋ ਕੱਲ੍ਹ ਦੀ ਜਿਹੜੀ ਗਤੀਵਿਧੀ ਹੋਈ ਹੈ, ਹਾਲਾਂਕਿ ਉਸ ਦਾ ਸਿੱਧਾ ਸੰਬੰਧ ਕਾਂਗਰਸ ਹਾਈਕਮਾਨ ਜਾਂ ਕਾਂਗਰਸ ਕਮੇਟੀ ਦਾ ਨਹੀਂ ਹੈ,
ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਬਸਪਾ ਦਾ ਗੱਠਜੋੜ ਦਾ ਕੋਈ ਸੰਬੰਧ ਨਹੀਂ ਆ, ਪਰ ਉਸਦੇ ਰਾਜਨੀਤਿਕ ਸਮੀਕਰਨਾਂ ਵਿੱਚ ਇੱਕ ਨਵੀਂ ਹਲਚਲ ਪੈਦਾ ਕੀਤੀ, ਇੱਕ ਸਿਆਸੀ ਭੂਚਾਲ ਜਿਹੜਾ ਆ ਉਹ ਕਾਂਗਰਸ ਵਿੱਚ ਵੀ ਆਇਆ, ਆਮ ਆਦਮੀ ਪਾਰਟੀ ਦੇ ਵਿਚਕਾਰ ਵੀ ਆਇਆ, ਕਿਉਂਕਿ ਹਰ ਸੁਣਾ ਦੇਵਾਂਗੇ ਇੱਥੇ ਜੇਕਰ ਵਾਕਈ ਇਸ ਗੱਲ ਦੇ ਵਿੱਚ ਚਰਚਾਵਾਂ ਹੋ ਰਹੀਆਂ ਨੇ। ਚਰਚਾਵਾਂ ਤਾਂ 100% ਨੇ, ਕਿਉਂਕਿ ਮੈਂ ਜਿਵੇਂ ਪਹਿਲਾਂ ਦੱਸ ਚੁੱਕਿਆ ਕਿ ਧਮਾਨ ਤੇ ਪ੍ਰਗਟ ਸ਼ਰੇਆਮ ਪਬਲਿਕਲੀ ਇਹ ਗੱਲਾਂ ਕਹਿ ਚੁੱਕੇ ਨੇ ਸਰਕਾਰ ਸੁਣੀਆਂ। ਜੇਕਰ ਜ਼ਾਹਿਰ ਜੀ ਗੱਲ ਹੈ ਕਿ ਇਹ ਗੱਲਾਂ ਜਿਹੜੀਆਂ ਕਨਸੋਆਂ ਇਹਦੀਆਂ ਹਾਈਕਮਾਨ ਤੱਕ ਵੀ ਪਹੁੰਚੀਆਂ ਹੋਣਗੀਆਂ, ਹਾਈਕਮਾਨ ਇਸ ਤਰੀਕੇ ਨੂੰ ਇਸ ਜਿਹੜੀ ਸਕੀਮ ਨੂੰ ਰੋਕਣ ਦੇ ਲਈ ਅਜਿਹਾ ਵੀ ਫੈਸਲਾ ਲੈ ਸਕਦੀ ਹੈ ਕਿ ਇਸ ਰਿਪੋਰਟ ਨੂੰ ਜਿਹੜਾ ਲਮਕਾ ਲਿਆ ਜਾਵੇ, ਕਿਉਂਕਿ ਜਦੋਂ ਸਥਿਤੀ ਰਾਜਸਥਾਨ ਦੇ ਵਿੱਚ ਪੈਦਾ ਹੋਈ ਸੀ, ਜਦੋਂ ਸਚਿਨ ਪਾਇਲਟ ਦੇ ਵੱਲੋਂ ਅਸ਼ੋਕ ਗਹਿਲੋਤ ਦੇ ਖਿਲਾਫ ਅਜਿਹਾ ਹੀ ਜਿਹੜਾ ਕਦਮ ਚੁੱਕਿਆ ਗਿਆ ਸੀ, ਤਾਂ ਉਦੋਂ ਜਿਹੜਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਕਮੇਟੀ ਬਣਾ ਕੇ ਰੋਕ ਲਿਆ ਗਿਆ ਸੀ ਕਿ ਭਾਈ ਅਸੀਂ ਕਮੇਟੀ ਬਣਾ ਤੀ, ਕੋਈ ਨਹੀਂ ਤੈਨੂੰ ਜਲਦ ਤੋਂ ਜਲਦ ਐਡਜਸਟ ਕਰਾਂਗੇ। ਪਰ ਸਚਿਨ ਪਾਇਲਟ ਅੱਜ ਤੱਕ ਵੇਟ ਕਰ ਰਿਹਾ, 2-2.5 ਸਾਲ ਦਾ ਸਮਾਂ ਹੋ ਗਿਆ, ਹਾਲੇ ਤੱਕ ਵੀ ਜਿਹੜਾ ਕੋਈ ਕੁਝ ਉਹਨਾਂ ਨੂੰ ਮਿਲਿਆ ਨਹੀਂ ਤੇ ਕੋਈ ਵੀ ਜਿਹੜੀ ਉਹਨਾਂ ਨੂੰ ਕੋਈ ਪ੍ਰਾਪਤੀ ਨਹੀਂ ਹੋਈ, ਨਾ ਹੀ ਹਾਲੇ ਤੱਕ ਜਿਹੜੀ ਰਿਪੋਰਟ ਸਾਹਮਣੇ ਆਈ ਹੈ, ਫਾਈਨਲ ਰਿਪੋਰਟ, ਨਾ ਰਿਪੋਰਟ ਦੇ ਆਧਾਰ ਤੇ ਕੋਈ ਫੈਸਲਾ ਲਿਆ ਗਿਆ। ਅੱਕ ਕੇ ਹੁਣ ਕਹਿੰਦੇ ਫਿਰ ਦੁਬਾਰਾ ਸਚਿਨ ਪਾਇਲਟ ਨੇ ਉੱਥੇ ਜਾ ਕੇ ਡੇਰੇ ਲਾਏ ਨੇ ਕਿ ਅਜਿਹੀ ਸਥਿਤੀ ਦੇ ਵਿੱਚ ਜੇ ਵਾਕਈ ਅਜਿਹੀ ਸਥਿਤੀ ਸਰਕਾਰ ਸੁਣਨ ਦੀ ਨੌਬਤ ਆਉਂਦੀ ਹੈ ਤਾਂ ਪੰਜਾਬ ਦੇ ਵਿੱਚ ਵੀ ਕਾਂਗਰਸ ਅਜਿਹੀ ਹੀ ਰਣਨੀਤੀ ਅਪਣਾ ਸਕਦੀ ਹੈ, ਜਿਹੜੀ ਰਿਪੋਰਟ ਹੈ ਉਸਦੇ ਆਧਾਰ ਤੇ ਜਿਹੜਾ ਫੈਸਲਾ ਉਹਨੂੰ ਕੁਝ ਸਮੇਂ ਲਈ ਰੋਕਿਆ ਜਾ ਸਕਦਾ, ਹਲੇ ਹੋਰ ਲਮਕਾਇਆ ਜਾ ਸਕਦਾ। ਨਹੀਂ ਸਿੱਧੂ ਸਾਹਿਬ, ਪੰਜਾਬ ਦੀ ਜਿਹੜੀ ਸਥਿਤੀ ਹੈ ਉਹ ਰਾਜਸਥਾਨ ਤੇ ਮੱਧ ਪ੍ਰਦੇਸ਼ ਦੀ ਸਥਿਤੀ ਨਾਲੋਂ ਅਲੱਗ ਹੈ, ਕਿਉਂਕਿ ਉੱਥੇ ਜਿਹੜੀਆਂ ਹੁਣ ਚੋਣਾਂ ਹੋਣੀਆਂ ਨੇ ਉਹਦੇ ਚੋਣਾਂ ਹੋਣ ਦੇ ਵਿੱਚ ਸਮਾਂ ਹੈ। ਪੰਜਾਬ ਦੇ ਵਿੱਚ ਹੁਣ ਸਮਾਂ ਜਿਹੜਾ ਕੇਵਲ 6 ਜਾਂ 8 ਮਹੀਨੇ ਜਿਹੜੇ ਬਚਦੇ ਨੇ, ਤੇ ਉਸ ਰਿਪੋਰਟ ਨੂੰ ਲਮਕਾਉਣਾ, ਜਿੰਨਾ ਚਿਰ ਕਾਂਗਰਸ ਹਾਈਕਮਾਨ ਉਸ ਰਿਪੋਰਟ ਨੂੰ ਲਮਕਾਉਂਦੀ ਆ, ਓਨਾ ਹੀ ਉਸਦਾ ਨੁਕਸਾਨ ਜਿਹੜਾ ਉਹ ਹੋਵੇਗਾ। ਜੇਕਰ ਕਾਂਗਰਸ ਪਾਰਟੀ ਸੁਖਪਾਲ ਖਹਿਰੇ ਵਰਗੇ ਬੰਦਿਆਂ ਨੂੰ ਅਰਲਾ ਸਕਦੀ ਆਪਣੇ ਦੇ ਨਾਲ, ਤਾਂ ਜੇਕਰ ਕਾਂਗਰਸ ਹਾਈਕਮਾਨ ਇਸ ਰਿਪੋਰਟ ਨੂੰ ਲਮਕਾ ਕੇ ਇੱਕ ਆਪਣੀ ਪੁਰਾਣੀ ਰਣਨੀਤੀ ਦੇ ਤਹਿਤ ਚੱਲਦੀ ਆ, ਤਾਂ ਇਸ ਦਾ ਨੁਕਸਾਨ ਜਿਹੜਾ ਉਹ ਵਿਧਾਇਕਾਂ ਦੇ ਬਦਲਣ ਪਾਸਾ ਪਲਟਣ ਦੇ ਨਾਲ ਵੀ ਜਿਹੜਾ ਉਹ ਹੋ ਸਕਦਾ। ਸੋ ਇਹ ਬੜੇ ਵੱਡੇ ਸਮੀਕਰਨ ਜਿਹੜੇ ਪੈਦਾ ਹੋ ਰਹੇ ਨੇ। ਪੰਜਾਬ ਦੇ ਵਿੱਚ ਕਾਂਗਰਸ ਹਾਈਕਮਾਨ ਅਜਿਹਾ ਫਾਰਮੂਲਾ ਨਹੀਂ ਅਪਣਾਏਗੀ, ਕਿਉਂਕਿ ਵੋਟਾਂ ਦਾ ਸਮਾਂ ਜਿਹੜਾ ਦਿਨ ਬ ਦਿਨ ਨੇੜੇ ਆਉਂਦਾ ਜਾ ਰਿਹਾ। ਸ਼੍ਰੋਮਣੀ ਅਕਾਲੀ ਦਲ ਵੱਲ ਬਕਾਇਦਾ ਤੌਰ ਤੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ, ਗੱਠਜੋੜ ਹੋ ਰਹੇ ਨੇ, ਆਮ ਆਦਮੀ ਪੂਰੀ ਪੱਬਾ ਪਾ ਰਿਹਾ, ਤੇ ਦੂਜੇ ਪਾਸੇ ਕਾਂਗਰਸ ਕਮੇਟੀ ਜਿਹੜੀ ਕਾਂਗਰਸ ਪਾਰਟੀ ਆ ਉਹਦੇ ਵਿੱਚ ਆਪਸੀ ਤਕਰਾਰਬਾਜ਼ੀ ਔਰ ਪਾਰਟੀ ਦੁਖਾੜ ਆ। ਤਾਂ ਇਸ ਮੌਜੂਦਾ ਸਮੇਂ ਦੇ ਵਿੱਚ ਇਹੋ ਹੀ ਆ ਕਿ ਜਿੰਨੀ ਜਲਦੀ ਹੋ ਸਕੇ ਇਹਨਾਂ ਸਾਰਿਆਂ ਵਿਧਾਇਕਾਂ ਦੇ, ਇਹਨਾਂ ਮੰਤਰੀਆਂ ਦੇ, ਇਹਨਾਂ ਹਲਕਾ ਇੰਚਾਰਜਾਂ ਦੇ ਜੋ ਆਪਸੀ ਸ਼ਿਕਵੇ ਸ਼ਿਕਾਇਤਾਂ ਨੂੰ, ਉਹਨਾਂ ਨੂੰ ਖਤਮ ਕਰਕੇ ਇੱਕ ਸਾਂਝੇ ਪਲੇਟਫਾਰਮ ਤੇ ਲਿਆਂਦਾ ਜਾਵੇ। ਜੇਕਰ ਕਾਂਗਰਸ ਕਮੇਟੀ, ਕਾਂਗਰਸ ਹਾਈਕਮਾਨ ਇਸ ਮਸਲੇ ਨੂੰ ਲਮਕਾਉਂਦੀ ਹੈ, ਤਾਂ ਸਿੱਧਾ ਫਿਰ ਨੁਕਸਾਨ ਜਿਹੜਾ ਆ ਉਹ 2022 ਦੀਆਂ ਚੋਣਾਂ 'ਚ ਤੇ ਹੋਣਾ ਹੀ ਹੋਣਾ, ਉਸ ਤੋਂ ਪਹਿਲਾਂ ਹੀ ਇਹ ਪਾਰਟੀ ਜਿਹੜੀ ਆ ਉਹ ਖਿੰਡ ਪੁੱਟ ਜਾਵੇਗੀ। ਕਿਉਂਕਿ ਕਾਰਨ ਇਹ ਆ ਕਿ ਜਿਹੜੇ ਵਿਧਾਇਕ ਨੇ, ਹਲਕਾ ਇੰਚਾਰਜ ਨੇ, ਮੈਂ ਪਹਿਲਾਂ ਹੀ ਗੱਲ ਕੀਤੀ, ਉਹ ਇੱਕ ਆਰ ਪਾਰ ਦੀ ਲੜਾਈ ਨੂੰ ਲੈ ਕੇ ਚੱਲੇ ਨੇ ਕਿ ਜੇਕਰ ਇਹੀ ਕਾਰਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਕਿ ਜੇ ਮੇਰੇ ਹੱਕ ਦੇ ਵਿੱਚ ਫੈਸਲਾ ਆਇਆ ਤਾਂ ਫਿਰ ਕੁਝ ਲੋਕ ਜਿਹੜੇ ਬਗਾਵਤ ਕਰ ਸਕਦੇ ਆ। ਇਸੇ ਇਹੀ ਕਾਰਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਲਗਾਤਾਰ MPs ਦੇ ਨਾਲ, ਵਿਧਾਇਕਾਂ ਦੇ ਨਾਲ ਮੀਟਿੰਗਾਂ ਕਰਨ ਲੱਗੇ। ਹੁਣ ਕੁਝ ਦਿਨਾਂ ਤੋਂ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਕੈਪਟਨ ਅਮਰਿੰਦਰ ਸਿੰਘ ਵੀ ਆਪਣੇ ਪੇਜ ਦੇ ਉੱਪਰ ਫੋਟੋ ਪਾਉਂਦੇ ਨੇ ਕਿ ਮੇਰੇ ਨਾਲ ਗੱਲ ਹੋਈ, ਮੈਨੂੰ ਇਹਨਾਂ ਨੇ ਭਰੋਸਾ ਦਿੱਤਾ ਕਿ 2022 ਦੇ ਵਿੱਚ ਤੁਸੀਂ ਚੱਲੋਗੇ, ਮੇਰੇ ਨਾਲ ਚੱਲਣ ਦਾ ਭਰੋਸਾ ਦਿੱਤਾ। ਇਹੀ ਕਾਰਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਰਿਪੋਰਟ ਦੇ ਦੌਰਾਨ ਇਹ ਬਿਆਨ ਦਰਜ ਕਰਾਏ ਗਏ ਕਾਂਗਰਸ ਦੇ ਲੀਡਰਾਂ ਦੇ ਵੱਲੋਂ ਕਿ ਕੈਪਟਨ ਅਮਰਿੰਦਰ ਸਿੰਘ ਕਈ ਕਈ ਮਹੀਨੇ ਮਿਲਦੇ ਨਹੀਂ, ਸਾਨੂੰ ਮਿਲਣ ਦਾ ਟਾਈਮ ਨਹੀਂ ਦਿੰਦੇ। ਹੁਣ ਉਹੀ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਮੀਟਿੰਗਾਂ ਕਰ ਰਹੇ ਨੇ। ਬਿਲਕੁਲ, ਇਹਦਾ ਤਾਂ ਅਰਥ ਇਹੋ ਸਾਫ਼ ਸਪਸ਼ਟ ਰੂਪ ਦੇ ਵਿੱਚ ਇਹੋ ਨਿਕਲਦਾ ਕਿ ਹਰ ਜਿਹੜੀ ਧਿਰ ਆ, ਜਿੰਨੀਆਂ ਵੀ ਧਿਰਾਂ ਨੇ, ਸਾਰੇ ਆਪੋ ਆਪਣੇ ਨੂੰ ਲੈ ਕੇ ਮਹਿਸੂਸ, ਜਿਹੜੀਆਂ ਖਤਰਾ ਮਹਿਸੂਸ ਕਰਦੀਆਂ ਪਈਆਂ ਨੇ। ਔਰ ਹਰ ਬੰਦਾ ਜਿਹੜਾ ਇਸ ਐਪੀਸੋਡ ਦਾ ਨਾਇਕ ਆ ਜਾਂ ਖਲਨਾਇਕ ਆ, ਉਹ ਆਪਣੀ ਸਥਿਤੀ ਨੂੰ ਸੁਧਾਰਨ ਦੇ ਮੂਡ 'ਚ ਆ, ਤਾਂ ਇੱਕ ਡਰ ਦੀ ਭਾਵਨਾ, ਇੱਕ ਸਹਿਮ ਦੀ ਭਾਵਨਾ ਦੇ ਵਿੱਚ ਵੀ ਜੀ ਰਹੇ। ਵੇਖੋ, ਆਲ ਹੀ ਨਾਲ ਕੈਪਟਨ ਅਮਰਿੰਦਰ ਸਿੰਘ ਤਾਂ ਇਕੱਲੇ ਤਾਂ ਕੁਝ ਵੀ ਨਹੀਂ, ਉਹਨਾਂ ਨੂੰ ਵੀ ਤਾਂ ਜੇਕਰ ਪੰਜਾਬ 'ਚ ਰਾਜ ਕਰਨਾ, ਮੁੱਖ ਮੰਤਰੀ ਰਹਿਣਾ, ਤਾਂ 10-15-20-40 ਵਿਧਾਇਕ ਤਾਂ ਉਹਨਾਂ ਨਾਲ ਵੀ ਤਾਂ ਚਾਹੀਦੇ ਨਾ। ਉਹਨਾਂ ਦੇ ਇੱਕ ਗੱਲ ਹੋਰ ਆਪਾਂ ਦਰਸ਼ਕਾਂ ਨੂੰ ਉਹਨਾਂ ਦੀ ਦਿਲਚਸਪੀ ਵਾਸਤੇ ਦੱਸ ਦਈਏ ਕਿ ਪੰਜਾਬ ਦੀ ਕੈਬਨਿਟ ਦੇ ਵਿੱਚ ਜਿਹੜੇ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੜੇ ਨਜ਼ਦੀਕੀ ਸਮਝੇ ਜਾਂਦੇ ਸਨ, ਜਿਹਨਾਂ ਨੂੰ 2 ਨੰਬਰ ਦੇ ਮੰਤਰੀ ਵੀ ਕਿਹਾ ਜਾਂਦਾ ਸੀ, ਉਹ ਵੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਉੱਠਦੇ ਆ। ਬਿਲਕੁਲ, ਤਾਂ ਇਹੋ ਜਿਹੀਆਂ ਸਥਿਤੀਆਂ ਦੇ ਮਾਨ ਸਿੰਘ ਜਿਹੜੇ ਤ੍ਰਿਪਤ ਰਜਿੰਦਰ ਬਾਜਵਾ ਨੇ, ਉਹ ਤੇ ਬਿਲਕੁਲ ਹੀ ਜਿਹੜੇ ਗਾਇਬ ਹੀ ਹੋ ਗਏ, ਕੋਈ ਬਿਆਨ ਨਹੀਂ। ਜੇਕਰ ਇੱਕ ਅੱਧਾ ਬਿਆਨ ਆਇਆ ਤਾਂ ਉਹ ਅਜਿਹਾ ਲੱਗਿਆ ਕਿ ਕੈਪਟਨ ਦੇ ਹੱਕ ਦੇ ਵਿੱਚ ਨਹੀਂ ਇਹ ਬਿਆਨ। ਤਾਂ ਤ੍ਰਿਪਤ ਰਜਿੰਦਰ ਬਾਜਵਾ 2nd ਨੰਬਰ ਦੇ ਮੰਨੇ ਜਾਂਦੇ ਸੀ, ਬ੍ਰਹਮਿੰਦਰਾ ਦੇ ਵੱਲੋਂ ਵੀ ਕੋਈ ਬਿਆਨ ਨਹੀਂ ਆਇਆ, ਸੁਖਜਿੰਦਰ ਰੰਧਾਵਾ ਐਂਟੀ ਹੋ ਗਏ, ਇਹ ਬਹੁਤ ਨਜ਼ਦੀਕ ਮੰਨੇ ਜਾਂਦੇ ਸੀ। ਬਿਲਕੁਲ, ਉਹ ਕਹਿ ਰਹੇ ਨੇ ਕਿ ਇਹਨਾਂ ਸਾਰੀਆਂ ਸਥਿਤੀਆਂ ਨੂੰ ਭਾਵਦਿਆਂ ਹੋਇਆ ਜਾਂ ਜਾਇਜ਼ਾ ਲੈਂਦਿਆਂ ਹੋਇਆ, ਖਤਰਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ ਹੋਣਾ ਨੂੰ ਵੀ ਮਹਿਸੂਸ ਹੋ ਰਿਹਾ ਕਿ ਜੇਕਰ ਹਾਈਕਮਾਨ
ਉਹਨਾਂ ਦਾ ਫੈਸਲਾ ਮਤਲਬ ਉਹਨਾਂ ਦੇ ਆਧਾਰ ਤੇ ਮੇਰੀਆਂ ਸ਼ਕਤੀਆਂ ਨੂੰ ਘੱਟ ਕਰਦੀ ਹੈ, ਮੇਰੀ ਪਾਵਰ ਤੇ ਉੱਤੇ ਅੰਕੁਸ਼ ਲਗਾਉਂਦੀ ਆ, ਤਾਂ ਫਿਰ ਕਿਸ ਤਰੀਕੇ ਨਾਲ ਆਪਣੀ ਸਥਿਤੀ ਨੂੰ ਬਹਾਲ ਰੱਖਣਾ? ਇਹ ਜੋ ਮੀਟਿੰਗ ਹੈ ਤਾਂ ਸਿਲਸਿਲਾ ਇਹ ਉਹਨਾਂ ਵੱਲੋਂ ਸ਼ੁਰੂ ਕੀਤਾ ਗਿਆ। ਔਰ ਦੇਖੋ ਇੱਕ ਸਿਲਸਿਲਾ ਹੋਰ ਗੱਲ ਆ ਕਿ ਜਿਸ ਦਿਨ ਦੀ ਇਹ ਕਮੇਟੀ ਦੇ ਅੱਗੇ ਪੇਸ਼ ਹੋਏ ਨੇ ਉਸ ਦਿਨ ਤੋਂ ਬਾਅਦ ਕੋਈ ਵੀ ਟਵੀਟ ਜਿਹੜਾ ਨਵਜੋਤ ਸਿੱਧੂ ਦਾ ਨਹੀਂ ਆਇਆ, ਕਿਸੇ ਵੀ ਮੰਤਰੀ ਦਾ ਕੋਈ ਬਿਆਨ ਨਹੀਂ ਆਇਆ, ਸਵਾਈ ਪ੍ਰਗਟ ਸਿੰਘ ਨੂੰ ਛੱਡ ਕੇ। ਪ੍ਰਗਟ ਸਿੰਘ ਵਿਧਾਇਕ ਨੇ ਆਪਣੀ ਮੀਟਿੰਗ ਜਿਹੜੀ ਪ੍ਰੈਸ ਕਾਨਫਰੰਸ ਜਿਹੜੀ ਕੀਤੀ। ਭਾਵ ਇਸਦਾ ਕਹਿਣ ਦਾ ਇਹ ਹੈ ਕਿ ਜਿੰਨੇ ਵੀ 80 ਦੇ 80 ਵਿਧਾਇਕ ਨੇ, ਜਿੰਨੇ ਵੀ ਸਾਰੇ ਆਪੋ ਆਪਣੀ ਸਥਿਤੀ ਨੂੰ ਲੈ ਕੇ ਇੱਕ ਚਿੰਤਨ ਦੀ ਸਥਿਤੀ ਦੇ ਵਿੱਚ ਨੇ। ਚਿੰਤਨ ਵੀ ਆ ਅਤੇ ਚਿੰਤਾ ਵੀ ਆ, ਦੋ ਚੀਜ਼ਾਂ ਦੀ ਮੈਂ ਗੱਲ ਕੀਤੀ ਹੈ, ਚਿੰਤਨ ਅਤੇ ਚਿੰਤਾ। ਤਾਂ ਇਹਨਾਂ ਸਥਿਤੀਆਂ ਦੇ ਵਿੱਚ ਜਦੋਂ ਚਿੰਤਾ ਵੀ ਹੋਵੇ ਅਤੇ ਚਿੰਤਨ ਵੀ ਹੋਵੇ, ਤਾਂ ਫਿਰ ਜਦੋਂ ਇਸਦਾ ਮੰਥਨ ਕੀਤਾ ਜਾਂਦਾ ਤਾਂ ਫਿਰ ਉਹਦੇ ਵਿੱਚੋਂ ਜਿਹੜੀ ਚੀਜ਼ ਨਿਕਲਦੀ ਆ ਉਹ ਫਿਰ ਅਗਲਾ ਭਵਿੱਖ ਜਿਹੜਾ ਉਹ ਸਵਾਰਦੀ ਆ। ਚਾਹੇ ਉਹ ਭਵਿੱਖ ਹੁਣ ਕਾਂਗਰਸ ਪਾਰਟੀ ਦਾ ਹੋਵੇ, ਜਾਂ ਭਵਿੱਖ ਉਹ ਕੈਪਟਨ ਅਮਰਿੰਦਰ ਸਿੰਘ ਦਾ ਹੋਵੇ, ਤਾਂ ਜਾਂ ਉਹ ਭਵਿੱਖ ਜਿਹੜੇ ਇਹ ਬਾਕੀ ਧੜੇ ਦੇ ਵਿਧਾਇਕ ਹਲਕਾਂ ਚਾਰ ਜਿਹੜੇ ਲੱਗੇ ਨੇ ਇਹਨਾਂ ਨੂੰ ਲੈ ਕੇ ਹੋਵੇ। ਪਰ ਸਾਰਿਆਂ ਦੀ ਨਜ਼ਰਾਂ ਕਮੇਟੀ ਦੀ ਰਿਪੋਰਟ ਤੋਂ ਬਾਅਦ ਮੈਡਮ ਸੋਨੀਆ ਗਾਂਧੀ ਵੱਲੋਂ ਲਏ ਜਾਣ ਵਾਲੇ ਫੈਸਲੇ 'ਤੇ ਹੈ। ਫੈਸਲਾ ਜਦੋਂ ਆਉਂਦਾ ਇਹ ਮਤ ਸਮਝਿਆ ਜਾਵੇ ਕਿ ਬਗਾਵਤ ਖਤਮ ਹੋ ਜਾਵੇ, ਵੀ ਕਹਿਣ ਦਾ ਅਰਥ ਹੈ ਕਿ ਇੱਕ ਨਵੀਆਂ ਸਥਿਤੀਆਂ, ਨਵੇਂ ਸਮੀਕਰਨ ਪੈਦਾ ਹੋਣਗੇ, ਉਦਾਹਰਣ ਹੋਣਗੇ, ਉਹਨਾਂ ਦੇ ਨਾਲ ਵੀ ਇਹ ਲੋਕ ਰਲ ਕੇ ਮਿਲ ਕੇ ਕੰਮ ਕਰਨ ਲਈ ਤਿਆਰ ਹੋਣਗੇ ਜਾਂ ਨਹੀਂ ਹੋਣਗੇ, ਆਪਸ ਦੇ ਵਿੱਚ ਰਲ ਕੇ ਬੌਂਡਿੰਗ ਤਿਆਰ ਹੋਏਗੀ ਜਾਂ ਨਹੀਂ ਹੋਏਗੀ, ਇਹ ਵੀ ਹਲੇ ਆਉਣ ਵਾਲੇ। ਇਹ ਤਾਂ ਹੋ ਸਕਦਾ ਕਿ ਰਿਪੋਰਟ ਆਉਣ ਤੋਂ ਬਾਅਦ ਵੀ ਇਹ ਜਿਹੜਾ ਆਪਸੀ ਘਮਾਸਾਨ ਆ, ਕਾਟੋ ਕਲੇਸ਼ ਹੈ, ਹੋਰ ਵੀ ਵੱਧ ਸਕਦਾ। ਜੀ ਬਿਲਕੁਲ, ਅਜੇ ਕਿਉਂਕਿ ਰਿਪੋਰਟ ਅਜੇ ਆਉਣੀ ਹੈ, ਰਿਪੋਰਟ ਕਿਸ ਆਧਾਰ ਤੇ ਆਉਣੀ ਹੈ, ਉਹਦੇ ਕੀ ਹੋਣਾ ਜਾਂ ਕੀ ਨਹੀਂ ਹੋਣਾ। ਦੇਖੋ ਜਿਹੜੇ ਮੁੱਦਿਆਂ ਨੂੰ ਲੈ ਕੇ ਇਹ ਲੜਾਈ ਸ਼ੁਰੂ ਕੀਤੀ ਗਈ ਉਹ ਮੁੱਦੇ ਤਾਂ ਖਤਮ ਹੋ ਗਏ, ਉਹਨਾਂ ਦੀ ਤਾਂ ਹੁਣ ਗੱਲ ਹੀ ਕੋਈ ਨਹੀਂ ਕਰ ਰਿਹਾ। ਕਿਉਂਕਿ ਗੱਲ ਕਿਉਂ ਨਹੀਂ ਕਰ ਰਿਹਾ, ਜਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਮੁੱਦੇ ਦੀ ਗੱਲ ਹੀ ਨਵੀਂ SIT ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕਰ ਲਿਆ। ਦੂਸਰੇ ਬੰਨੇ ਜਿਹੜੇ 6 ਬੰਦੇ ਸੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਦੋਸ਼ੀ, ਉਹਨਾਂ ਨੂੰ ਵੀ ਕਥਿਤ ਕੈਪਟਨ ਸਰਕਾਰ ਜਿਹੜੇ ਨੇ ਉਹ ਗ੍ਰਿਫਤਾਰ ਕਰ ਚੁੱਕੀ ਆ। ਤਾਂ ਇਹ ਮੁੱਦੇ ਦੇ ਪਿੱਛੇ ਰਹਿ ਕੇ ਇੱਕ ਨਵੀਂ ਜਿਹੜਾ ਸਿਲਸਿਲਾ ਸੀ ਉਹ ਸ਼ੁਰੂ ਹੋਇਆ। ਸੋ ਕਹਿਣ ਦਾ ਭਾਵ ਕਿ ਜੇਕਰ ਰਿਪੋਰਟ ਆਉਂਦੀ ਆ ਔਰ ਰਿਪੋਰਟ ਆਉਣ ਤੋਂ ਬਾਅਦ ਫੈਸਲਾ ਆਉਂਦਾ, ਫੈਸਲਾ ਆਉਣ ਤੋਂ ਬਾਅਦ ਕੀ ਉਹ ਸਾਰਿਆਂ ਨੂੰ ਠੀਕ ਲੱਗਦਾ ਕਿ ਨਹੀਂ ਲੱਗਦਾ, ਅਸੀਂ ਦੀ ਲੜਾਈ ਜਿਹੜੀ ਆ ਉਸ ਰਿਪੋਰਟ ਤੋਂ ਬਾਅਦ ਸ਼ੁਰੂ। ਬਿਲਕੁਲ, ਤਾਨਖੀ ਸਾਹਿਬ ਜੀ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ ਜੀ। ਰਾਜਸਥਾਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਸ ਪੂਰੇ ਘਟਨਾਕ੍ਰਮ ਦੇ ਉੱਪਰ, ਇਸ ਪੂਰੇ ਮੁੱਦੇ ਦੇ ਉੱਪਰ ਸਾਡੇ ਨਾਲ ਅਹਿਮ ਜਾਣਕਾਰੀ ਜਿਹੜੀ ਸਾਂਝੀ ਕੀਤੀ ਗਈ ਹੈ, ਅਤੇ ਉਮੀਦ ਕਰਦੇ ਹਾਂ ਕਿ ਪ੍ਰੋਫੈਸਰ ਸਾਹਿਬ ਉਹਨਾਂ ਦੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਵਿੱਚ, ਤਦ ਤੱਕ ਲਈ ਇਜਾਜ਼ਤ, ਧੰਨਵਾਦ।